ਏਟੀਐਮ ਵਿੱਚ ਕੈਸ਼ ਪਾਉਣ ਆਇਆ ਤੋਂ 9 ਲੱਖ ਲੈ ਕੇ ਫਰਾਰ। ਸੀਐਲ ਟਾਵਰ ਵਿੱਚ ਲੱਗੇ ਏਟੀਐਮ 'ਚ ਕੈਸ਼ ਪਾਉਣ ਆਏ ਇੱਕ ਬੈਂਕ ਮੁਲਾਜ਼ਮ ਅਤੇ ਮੋਟਰਸਾਈਕਲ ਸਵਾਰਾਂ ਦੋ ਬਦਮਾਸ਼ਾਂ ਨੇ ਗੋਲੀਆਂ ਚਲਾ ਕੇ 9 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਮੌਕੇ 'ਤੇ ਸਿਕਿਉਰਿਟੀ ਗਾਰਡ ਨੂੰ ਵੀ ਗੋਲੀ ਲੱਗੀ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ 'ਤੇ ਸਿਕਿਉਰਿਟੀ ਗਾਰਡ ਅਤੇ ਡਾਕਟਰ ਨੇ ਕਿਹਾ, ਮੇਰਾ ਬਹੁਤ ਵਧੀਆ ਇਲਾਜ ਹੋਇਆ ਜੀ, ਨਾ ਮੇਰਾ ਲੀਡਰ ਸਿੰਘ ਲੌਂਗੋਵਾਲ ਤੋਂ ਹੈਗਾ ਜੀ, ਮੈਂ ਸੰਗਰੂਰ ਮੇਰੇ 'ਤੇ ਕਾਊਂਟਰ ਹੋਇਆ। 10:15 ਦਾ ਟਾਈਮ ਸੀ, ਏਟੀਐਮ ਲੋਡ ਕਰ ਰਹੇ ਸੀਗੇ। ਮੇਰਾ ਕੰਮ ਸੀ ਜਦੋਂ ਕੁੱਟੋ ਨਹੀਂ ਦੋਨੇ ਅੰਦਰ ਵੜ ਗਏ ਕੈਸ਼ ਲੈ ਕੇ, ਮੈਂ ਸੱਟ ਡਾਊਨ ਕਰਨ ਲੱਗਿਆ, ਮੇਰੀ ਪਿੱਠ ਹੋ ਗਈ ਜੀ। ਅਤੇ ਉਹ ਮੇਰੇ ਕਿਤੇ ਮਗਰੀ ਖੜ੍ਹੇ ਆਪੋਜਿਟ ਖੜ੍ਹੇ ਸੀ ਆ ਕੇ, ਜਦੋਂ ਮੈਂ ਪਿੱਠ ਘੁਮਾਈ ਨਾਲ ਦੀ ਨਾਲ ਹੀ ਉਹਨਾਂ ਨੂੰ ਮੇਰੇ 'ਤੇ ਫੈਰ ਬੁੱਖੀ 'ਚ ਮਾਰਿਆ। ਕਿੰਨੇ ਬੰਦੇ ਸੀਗੇ? 2 ਬੰਦੇ ਸੀ, ਮੋਟਰਸਾਈਕਲ 'ਤੇ ਇੱਕ ਨੇ ਹੈਲਮੈਂਟ ਲਿੱਤਾ ਹੋਇਆ ਸੀ, ਮੋਨਾ ਸੀਗਾ, ਇੱਕ ਸਰਦਾਰ ਸੀ ਬਗਲਾ ਜੀ। ਕੋਈ ਹੈ ਤੁਹਾਨੂੰ ਪਹਿਚਾਣ ਸਕਦੇ ਹੋ ਤੁਸੀਂ? ਸਰ ਇਹਦਾ ਕੋਈ ਪਹਿਚਾਣ ਨਹੀਂ ਹੈਗੀ, ਬਸ ਇਹ ਤੋਂ ਪਤਾ ਲੱਗ ਸਕਦਾ ਵੀ ਬਸ ਇੰਨੀ ਏਜ ਦੇ ਸੀ, ਆਪਾਂ ਕੋਈ ਉਹਨੂੰ ਜਾਣਦੇ ਨਹੀਂ ਸੀ। ਠੀਕ ਹੈ। ਅਤੇ ਤੁਹਾਡੇ ਰੀੜ ਦੀ ਹੱਡੀ 'ਚ ਜਾ ਵੱਜੀ ਸੀ ਗੋਲੀ, ਕੀਤਾ ਉਹ, ਉਸ ਤੋਂ ਬਾਅਦ ਤੁਸੀਂ ਹੁਣ ਕਿਸ ਤਰ੍ਹਾਂ ਮਹਿਸੂਸ ਕਰ? ਮੈਂ ਬਿਲਕੁਲ ਠੀਕ ਹੈ ਜੀ। ਇਹ ਡਾਕਟਰ ਸਾਹਿਬ ਨੇ ਘੱਟੋ ਘੱਟ 3 ਘੰਟੇ ਲਾਏ ਹੋਣਗੇ, 3.5 ਘੰਟੇ। ਆਹ ਆਪਰੇਸ਼ਨ ਦਾ ਇੱਧਰੋਂ ਮੈਨੂੰ ਪਤਾ, ਇੱਧਰ ਲੈਦਾ ਵੈਸੇ ਇਹਨਾਂ ਨੇ ਮੈਨੂੰ ਪਤਾ ਹੈਗਾ, ਬਹੁਤ ਵਧੀਆ ਇਲਾਜ ਕਰਿਆ ਜੀ। ਲੀਲਾ ਸਿੰਘ ਆਫਟਰ ਦੈਟ ਸੰਗਰੂਰ ਰੋਬਰੀ ਜਿਹੜੀ ਹੋਈ ਸੀ ਅਰਾਊਂਡ 14 ਤਰੀਕ ਨੂੰ, ਉਦੋਂ ਸਾਡੇ ਕੋਲ ਆਇਆ ਸੀਗਾ। ਈ ਵਾਜ਼ ਇਨ ਅ ਬਹੁਤ ਜ਼ਿਆਦਾ ਸਿੱਕ ਕੰਡੀਸ਼ਨ ਸੀਗਾ, ਪੇਸ਼ੈਂਟ ਦਾ BP ਵਾਜ਼ ਨੋਟ ਰਿਕਾਰਡੇਬਲ, ਅਤੇ ਅਸੀਂ ਨਾਲ ਦੇ ਨਾਲ ਐਮਰਜੈਂਸੀ ਅਰਾਊਂਡ 3-4 ਬਲੱਡ ਦੇ ਟ੍ਰਾਂਸਫਿਊਜ ਕੀਤੇ ਪੇਸ਼ੈਂਟ ਨੂੰ ਸਟੇਬਲਾਈਜ਼ ਕਰਕੇ। ਬੇਸਿਕਲੀ ਇਟ ਵਾਜ਼ ਅ ਗਨਸ਼ੋਟ ਵੂਡ, ਫਿਰ ਐਕਸਰੇਜ਼ ਅਤੇ CT ਸਕੈਨ, MRA ਵਗੈਰਾ ਸਾਰਾ ਕੁਛ ਕੀਤਾ ਉਹਦਾ। ਤਾਂ ਉਹਦੇ ਆਪਾਂ ਨੂੰ ਪਤਾ ਚੱਲਿਆ ਕਿ ਜਿਹੜੀ ਅਬਡੋਮਨ ਦੇ ਵਿੱਚ ਬਹੁਤ ਜ਼ਿਆਦਾ ਬਲੀਡਿੰਗ ਹੋਈ ਹੋਈ ਹੈ, ਅਤੇ ਦੇਰ ਆਰ 4-5 ਜਗ੍ਹਾ ਤੋਂ ਟੀਅਰ ਸੀਗਾ, ਮੈਜੈਂਟ੍ਰਿਕ ਟੀਅਰ ਕਹਿੰਦੇ ਨੇ। ਐਂਡ ਜਿਹੜੀ ਬੁਲੇਟ ਸੀਗੀ ਦੈਟ ਵਾਜ਼ ਲੌਜ ਇਨ ਦਾ ਸਪਾਈਨਲ ਕੋਰਡ, L3 ਵਰਟੇਬਰਾ ਹੁੰਦਾ ਜਿਹੜੀ ਮੇਨ ਬੋਡੀ ਹੁੰਦੀ ਹੈ ਉਹਨੂੰ ਫ੍ਰੈਕਚਰ ਕਰਕੇ, ਤਾਂ ਬੁਲੇਟ ਵਾਜ਼ ਇਨ ਦਾ ਸਪਾਈਨ ਕਨਾਲ। ਐਂਡ ਇੱਕ ਰਾਈਟ ਸਾਈਡ ਦੀ ਲੈਗ ਸੀਗੀ ਉਹ ਥੋੜ੍ਹੀ ਜਿਹੀ ਵੀਕ ਸੀਗੀ ਉਹਦੀ, ਸੋ ਮੀ ਇਟ ਮੀਨਸ ਕਿ ਜਿਹੜੀ ਰਾਈਟ ਸਾਈਡ ਦੀ ਲੈਗ ਦੀਆਂ ਨਰਵ ਰੂਟਸ ਨੂੰ ਉਹਨੇ ਇੰਜਰ ਕੀਤਾ ਸੀਗਾ ਬੁਲੇਟ ਨੇ। ਸੋ ਉਹਦਾ ਥਿੰਗ ਵਾਜ਼ ਕਿ ਅਸੀਂ ਪਹਿਲੇ ਤਾਂ ਪੇਸ਼ੈਂਟ ਦੀ ਸਟੇਬਲਾਈਜ਼ ਕਰਕੇ, ਉਹਦਾ ਬਲੱਡ ਜਾਂ BP ਜਦੋਂ ਪ੍ਰੋਪਰ ਹੋ ਜਾਏ, ਅਸੀਂ ਨਾਲ ਦੀ ਨਾਲ ਵੀ ਹੈਡ ਟੂ ਟੇਕ ਅਪ ਅ ਕੇਸ। ਪਹਿਲੇ ਅਸੀਂ ਦਾ ਜਨਰਲ ਸਰਜਨ ਡਾਕਟਰ DP ਸਿੰਘ ਹੈ, ਉਹਨਾਂ ਨੇ ਲੈਬਰੋਟਮੀ ਕਰਕੇ ਉਹਦੇ ਸਾਰੇ ਮੈਜੈਂਟ੍ਰਿਕ ਟੀਅਰਸ ਰਿਪੇਅਰ ਕੀਤੇ, ਪੇਸ਼ੈਂਟ ਦਾ ਜਿਹੜਾ ਵੀ ਅੰਦਰ ਕਲੋਟ ਕੱਟੇ ਹੋਏ ਸੀਗੇ ਉਹ ਸਾਰਾ ਸਪਲੀਨਿਕ ਇੰਜਰੀ ਸੀ ਉਹ ਕਰਕੇ। ਸੋ ਦੈਟ ਟੁੱਕ ਅਰਾਊਂਡ 2-2.5 ਆਵਰਸ ਉਹਨਾਂ ਨੂੰ ਆਪਣਾ ਕੰਮ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਜਿਵੇਂ ਸਰਜਰੀ ਵਾਲੇ ਲਈ ਅਬਡੋਮਨ ਕਰਨ ਲਈ ਪੇਸ਼ੈਂਟ ਨੂੰ ਸਿੱਧਾ ਰੱਖਣਾ ਪੈਂਦਾ, ਫਿਰ ਅਸੀਂ ਪੇਸ਼ੈਂਟ ਨੂੰ ਉਲਟਾ ਕੀਤਾ ਮੂੰਹਦਾ ਕਰਕੇ, ਜਿਵੇਂ ਨਾ ਪ੍ਰੋਨ ਪੋਜੀਸ਼ਨ ਕਹਿੰਦੇ ਨੇ, ਉਹਦੇ 'ਚ ਆਏ ਓਪਨ ਦਾ ਸਪਾਈਨਲ ਕੋਰਡ ਪੂਰੀ ਲੈਮਨੈਕਟਮੀ ਕਰਕੇ। ਐਂਡ ਵਟ ਉਹਦੇ ਅੰਦਰ ਇਹ ਪਤਾ ਚੱਲਿਆ ਕਿ ਜਿਹੜੀ ਗੋਲੀ ਸੀਗੀ ਬਿਲਕੁਲ ਇੱਕ ਰਾਈਟ ਸਾਈਡ ਦੀ ਰੂਟ ਨੂੰ ਉਹਨੇ ਡੈਮੇਜ ਕੀਤਾ ਹੋਇਆ ਸੀ, ਅਤੇ ਜਿਹੜੀ ਸਪਾਈਨਲ ਕੈਨਾਲ ਸੀਗੀ ਉਹ ਜਿਹੜੀ ਮੇਨ ਸਪਾਈਨਲ ਕੋਰਡ ਸੀ ਉਹ ਬਚ ਗਈ ਸੀ, ਪਰ ਜਿਹੜਾ ਉਹਦਾ ਡਿਊਰਾ ਸੀਗਾ, ਡਿਊਰਾ ਹੁੰਦਾ ਕਿ ਜਿਹਦੇ ਵਿੱਚ ਪਈ ਹੁੰਦੀ ਹੈ ਸਪਾਈਨਲ ਕੋਰਡ, ਉਹਦੀ ਇੰਜਰੀ ਹੋਈ ਹੋਈ ਸੀ। ਸੋ ਵੈਰੀ ਦਾ ਬੁਲੇਟ ਨੂੰ ਬੜੀ ਮੁਸ਼ਕਿਲ ਨਾਲ ਅਸੀਂ ਰਿਟਰੀਵ ਕੀਤਾ ਕਿ ਹੋਰ ਰੂਟਸ ਦੀ ਇੰਜਰੀ ਨਾ ਹੋਵੇ ਅਤੇ ਹੋਰ ਨਰਵਸ ਬਚੀਆਂ ਰਹਿਣ। ਉਸ ਤੋਂ ਬਾਅਦ ਸਾਰਾ ਡਿਊਰਾ ਰਿਪੇਅਰ ਕੀਤਾ, ਐਂਡ ਇਟ ਟੁੱਕ ਅਸ ਅਰਾਊਂਡ 4 ਆਵਰਸ ਫੋਰ ਦਿਸ। ਅਤੇ ਇਸ ਦੌਰਾਨ 3-4 ਬਲੱਡ ਉਹਨੂੰ ਹੋਰ ਲਗਾਏ ਪੇਸ਼ੈਂਟ ਨੂੰ, ਅਤੇ ਅਰਾਊਂਡ ਇੰਨੇ ਬਲੱਡ ਲੱਗਣ ਤੋਂ ਬਾਅਦ ਸਕਸੈਸਫੁਲ ਸਰਜਰੀ ਹੋਣ ਤੋਂ ਬਾਅਦ ਅੱਜ ਪੇਸ਼ੈਂਟ ਦੀ ਲੱਤ ਵੀ ਥੋੜ੍ਹੀ ਥੋੜ੍ਹੀ ਕੰਮ ਦੁਬਾਰਾ ਕਰਨ ਲੱਗ ਗਈ, ਐਂਡ ਪੇਸ਼ੈਂਟ ਨੂੰ ਅੱਜ ਅਸੀਂ ਆਫਟਰ 3-4 ਦਿਨ ਬਾਅਦ ਖੜ੍ਹਾ ਵੀ ਕਰਤਾ।